ਅਸੀਂ ਸਾਡਾ ਯੋਧਾ ਦਾ ਅੱਜ ਜਨਮ ਦਿਨ ਆ ਸਾਡਾ ਦੀਪ ਸਿੱਧੂ ਮੈਂ ਇੱਥੇ ਆਈ ਹਾਂ ਅੱਜ ਦਰਸ਼ਨ ਲਈ ਅੱਜ ਅਸੀਂ ਯੂਥ ਲਈ ਅਸੀਂ ਬਹੁਤ ਵਧੀਆ ਗਿਫਟਸ ਲਏ ਆ ਐਜੂਕੇਸ਼ਨ ਵਿੱਚ ਦੀਪ ਹਮੇਸ਼ਾ ਹਮੇਸ਼ਾ ਉਸ ਚੀਜ਼ ਦੇ ਬਾਰੇ ਗੱਲ ਕਰਦਾ ਸੀ ਫੋਕਸ ਕਰਦਾ ਸੀ ਟੂ ਐਂਡ ਟੂ ਟੀਚ ਔਰ ਯੂਥ ਔਰ ਕਿਡਸ ਇਟਸ ਰੀਲੀ ਰੀਲੀ ਇੰਪੋਰਟੈਂਟ ਸੋ ਇਹ ਚੀਜ਼ 'ਤੇ ਮੈਂ ਬੇਨਤੀ ਕਰਦੀ ਹਾਂ ਸੋਰੀ ਮੈਨੂੰ ਇਟਸ ਟੂ 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 ਮੱਚ ਐਂਡ ਦਿਸ ਇਜ਼ ਰੀਲੀ ਇਮੋਸ਼ਨਲ ਫੋਰ ਮੀ ਅੱਜ ਦੀਪ ਇੱਥੇ ਹੈ ਨਹੀਂ ਪਰ ਅਸੀਂ ਸਾਰੀ ਸੰਗਤ ਦੀਪ ਲਈ ਯੂ ਨੋ ਪ੍ਰੇਇੰਗ ਫੋਰ ਹਿਸ ਸੋਲ ਦੀ ਆਤਮਾ ਲਈ ਸ਼ਾਂਤੀ ਐਂਡ ਹੁਣ ਅਸੀਂ ਅੱਗੇ ਜਾ ਕੇ ਹਾਂਜੀ ਹਾਂਜੀ ਮੈਂ ਗੁਰੂ ਨੂੰ ਮਿਲਣ ਆਈ ਹਾਂ ਤੋ ਮੇਰੇ ਗੁਰੂ ਨੂੰ ਪਤਾ ਅੰਦਰੋਂ ਪਤਾ ਵਾਈ ਆਈ ਹੈਵ ਦਿਸ ਯੂਨੀਫਾਰਮ ਔਨ ਹਾਂਜੀ ਹਾਂਜੀ ਅਸੀਂ ਉਹਨਾਂ ਲਈ ਬੈਕਪੈਕਸ ਲੈ ਕੇ ਆਏ ਹਾਂ ਐਂਡ ਅੰਦਰ ਇੱਕ ਨੋਟਬੁੱਕ ਹੈਗੀ ਹੈ ਕਿਤੇ ਦੀਪ ਦੀ ਫੋਟੋ ਵੀ ਹੈਗੀ ਹੈ ਉਹਦੇ ਉੱਪਰ ਐਂਡ ਇੱਕ ਕੋਟ ਵੀ ਲਿਖਿਆ ਉਹਦੇ ਵਿੱਚ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ ਐਂਡ ਹਨ ਅਸੀਂ ਹੁਣ ਅਸੀਂ ਸਾਰੀ ਯੂਥ ਨੂੰ ਉਹ ਦੇਵਾਂਗੇ ਅਸੀਂ ਬਾਹਰ ਦੇਵਾਂਗੇ ਆਈ ਥਿੰਕ ਵੀ ਆਰ ਦ ਫਾਊਂਟੇਨ ਆ ਹਨਾ ਉੱਧਰ ਅਸੀਂ ਤੁਸੀਂ ਉੱਥੇ ਵੀ ਜਾ ਸਕਦੇ ਹੋ ਐਂਡ ਵੋ ਸ਼ੋ ਯੂ ਯੈਸ ਯੂਥ ਨੂੰ ਇਹ ਹੈ ਕਿ ਤੁਸੀਂ ਅੱਗੇ ਦੀਪ ਦੀ ਲੈਗੇਸੀ ਅੱਗੇ ਲੈ ਕੇ ਜਾਓ ਉਹਦੀ ਸੋਚ 'ਤੇ ਲੈ ਕੇ ਜਾਓ ਆਈ ਡੋਂਟ ਵਾਂਟ ਟੂ ਟਾਕ ਅਬਾਊਟ ਉਹ ਟਾਪਿਕ ਇੱਥੇ ਨਹੀਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਗੱਲ ਕਰਨੀ ਕਲੋਜ਼ਲੀ ਐਸੋਸੀਏਟਿਡ ਵਿਦ ਦੀਪ ਸਿੱਧੂ ਹੀ ਫਾਰਮਡ ਆਰਗੇਨਾਈਜੇਸ਼ਨ ਵਾਰਿਸ ਪੰਜਾਬ ਦੇ ਐਂਡ ਨਾਓ ਦ ਸਰਕਮਸਟੈਂਸਸ ਅੰਡਰ ਵਿੱਚ ਦੇਰ ਹੈਜ਼ ਬੀਨ ਅ ਕ੍ਰੈਕਡਾਊਨ ਔਨ ਵਾਰਿਸ ਪੰਜਾਬ ਦੇ ਵਾਟ ਯੂ ਹੈਵ ਟੂ ਸੇ ਵੀ ਆਰ ਵੇਟਿੰਗ ਫਾਰ ਵਾਰਿਸ ਪੰਜਾਬ ਰਾਈਟ ਨਾਓ ਆਈ ਡੋਂਟ ਵਾਂਟ ਟੂ ਕਮੈਂਟ ਔਨ ਵਾਰਿਸ ਪੰਜਾਬ ਹਲੇ ਉਹ ਚੀਜ਼ ਦੇ ਬਾਰੇ ਮੈਂ ਨਹੀਂ ਗੱਲ ਕਰਨਾ ਮੰਗਦੀ ਬਿਕਾਜ਼ ਦਿਸ ਅ ਲੋਟ ਆਫ ਯੂ ਨੋ ਥਿੰਗਸ ਗੋਇੰਗ ਔਨ ਇਨ ਪੰਜਾਬ ਰਾਈਟ ਨਾਓ ਸੋ ਡੂ ਯੂ ਹੈਵ ਐਨੀ ਪਲਾਨਸ ਟੂ ਰਿਵਾਈਵ ਦ ਵਾਰਿਸ ਪੰਜਾਬ ਦੇ ਹਲੇ ਨਹੀਂ ਪਰ ਮੈਂ ਤੁਰੀ ਹਾਂ ਆਈ ਐਮ ਵਿਦ ਦੀਪ ਮੈਂ ਦੀਪ ਲਈ ਇੱਥੇ ਆਈ ਹਾਂ ਅੱਜ ਐਂਡ ਉਹਦਾ ਆਰਗੇਨਾਈਜੇਸ਼ਨ ਆ ਸੋ ਵੀ ਵੋ ਹਮੇਸ਼ਾ ਦੀਪ ਦੀ ਕਿਹੜੀ ਸੋਚ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਮੈਂ ਖੜੀ ਹਾਂ ਦੀਪ ਲਈ ਵੀ ਅੱਜ ਤਾਂ ਉਹਦੀ ਸੋਚ 'ਤੇ ਖੜੀ ਹਾਂ ਜਾਂ ਵਾਰਿਸ ਪੰਜਾਬ ਨੇ ਅੱਗੇ ਲੈ ਕੇ ਜਾਣਾ ਸਾਰਿਆਂ ਨੂੰ ਲਿਸ ਆਲ ਕਮ ਟੂਗੈਦਰ ਇਨ ਦੀਪ ਦੀ ਕਿਹੜੀ ਸੋਚ ਆ ਉਹ ਅੱਗੇ ਲੈ ਕੇ ਚੱਲੀਏ ਹਾਂਜੀ ਬਿਲਕੁਲ ਇਹ ਮੇਰਾ ਗੁਰੂ ਦਾ ਅੰਦਰ ਕਿਹੜਾ ਉਹਦਾ ਪਿਆਰ ਆ ਆਈ ਕੇਮ ਟੂ ਸ਼ੋ ਹਿਮ ਦੈਟ ਆਈ ਐਮ ਵੈਲਕਮ ਐਂਡ ਆਮ ਹੇਅਰ ਟੂਡੇ ਇਟਸ ਵੈਰੀ ਵੈਰੀ ਇਮੋਸ਼ਨਲ ਬਹੁਤ ਜ਼ਿਆਦਾ ਇਮੋਸ਼ਨਲ ਆ ਦੀਪ ਇੱਥੇ ਹੈ ਨਹੀਂ ਅੱਜ ਦੀਪ ਦਾ ਪਿਆਰ ਦੀਪ ਦੀ ਮੌਤ ਤੋਂ ਬਾਅਦ ਅਚਾਨਕ ਅਗਲੇ ਦਿਨ ਅਮਰੀਕਾ ਦੌੜ ਜਾਂਦਾ ਉਹ ਪਿਆਰ ਕਿੱਥੇ ਸੀ ਤੁਹਾਡਾ ਉਸ ਦਿਨ ਕਾਰਨ ਕੀ ਸੀ ਉਹ ਚੀਜ਼ ਮੈਂ ਆਲਰੇਡੀ ਡਿਸਕਸ ਕਰਤੀ ਮੈਂ ਤੁਹਾਨੂੰ ਵੀ ਦੱਸਤਾ ਕੀ ਹੋਇਆ ਉਸ ਟਾਈਮ ਕਾਫੀ ਵੀਡੀਓਜ਼ ਆਲਰੇਡੀ ਤੁਹਾਨੂੰ ਚਾਹੁੰਦੇ ਨਾ ਕਿ ਅੰਮ੍ਰਿਤਸਰ ਦਾ ਮੀਡੀਆ ਇੰਟਰਨੈਸ਼ਨਲ ਮੀਡੀਆ ਆਇਆ ਚਾਹੁੰਦੇ ਇਸ ਪਤਾ ਲੱਗੇ ਮੈਂ ਕਿੱਥੇ ਨਹੀਂ ਭੱਜੀ ਕਾਰਨ ਕੀ ਸੀ ਤੁਹਾਡਾ ਇਥੋਂ ਜਾਣ ਦਾ ਇੱਕੋਦਮ ਫਿਰ ਮੀਡੀਆ ਦੇ ਸਾਹਮਣੇ ਆਉਣਾ ਹਾਂਜੀ ਉਹ ਮੈਂ ਫਿਰ ਬਾਹਰ ਗਈ ਸੀ ਫੈਮਿਲੀ ਨੇ ਮੈਨੂੰ ਬਾਹਰ ਦੇ ਸੈਟ ਮੀ ਆਊਟ ਫॉर ਪਰਸਨਲ ਸੇਫਟੀ ਰੀਜ਼ਨਸ ਸਿਰਫ ਐਕਸੀਡੈਂਟ ਸੀ ਹਾਂਜੀ ਉਹ ਤਾਂ ਲਾਸਟ 3 ਸਾਲ ਹੋ ਗਏ ਤੇ ਬਰਥਡੇ ਸੀ ਜੈਪੁਰ ਦੇ ਵਿੱਚ ਸੈਲੀਬ੍ਰੇਟ ਕੀਤਾ ਸੀ ਵੀ ਵੈਂਟ ਔਨ ਅ ਰੀਲੀ ਲੌਂਗ ਡਰਾਈਵ ਕਾਫੀ ਲੰਬੀ ਜਰਨੀ ਸੀ ਸਾਡੀ ਵੈਰੀ ਮੈਮੋਰੇਬਲ ਆ ਉਹ ਵੀ ਵੀ ਗਾਟ ਟੂ ਮੈਡਮ ਇੱਕ ਹੋਰ ਸਵਾਲ ਹੈ ਤੁਹਾਡਾ ਵਿਰੋਧ ਬਹੁਤ ਹੋ ਰਿਹਾ ਮੈਡਮ ਮੈਡਮ ਸਾਹਮਣੇ ਮੈਡਮ ਤੁਹਾਡਾ ਵਿਰੋਧ ਬਹੁਤ ਹੋ ਰਿਹਾ ਵਿਰੋਧ ਬਹੁਤ ਹੋ ਰਿਹਾ ਕੀ ਕਹਿਣਾ ਚਾਹੋਗੇ ਸਾਰੇ ਲੋਕ ਤੁਹਾਡੇ ਕਿਹੜੇ ਕੋਈ ਸਵਾਲ ਕਰ ਰਹੇ ਉਹ ਤਾਂ ਗੁਰੂ ਸਾਹਿਬ ਨੂੰ ਸਾਰਾ ਕੁਝ ਪਤਾ ਹੈ ਮੈਂ ਅੱਜ ਕੱਲ ਤੱਕ ਤੇ ਆਈ ਹਾਂ ਸੱਚ ਨਹੀਂ ਨਹੀਂ ਲੋਕ ਵਿਰੋਧ ਕਰਦੇ ਆ ਇਟਸ ਓਕੇ ਉਹ ਚੀਜ਼ ਮੈਂ ਨਹੀਂ ਫਕੀਰ ਕਰਦੀ ਆਈ ਡੋਨਟ ਮਾਈਂਡ ਮੈਂ ਸਿਰਫ ਇਸੇ ਮੈਂ ਸੱਚ ਤੇ ਖੜੀ ਹਾਂ ਤਾਂ ਹਮੇਸ਼ਾ ਖੜੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ